ਜਿਹੜੇ ਨੌਜਵਾਨ ਹੱਥਾਂ ਦੇ ਵਿੱਚ ਡਿਗਰੀਆਂ ਲੈ ਕੇ ਬੇਰੋਜ਼ਗਾਰ ਤੁਰੇ ਫਿਰਦੇ ਉਹਨਾਂ ਨੂੰ ਮਿਲਦੀਆਂ ਡੰਗ ਪੰਜਾਬ ਦਾ ਨੌਜਵਾਨ ਬੇਰੋਜ਼ਗਾਰ ਤੇ ਪਾਂਡੇ ਦਾ ਮੁੰਡਾ ਤਹਿਸੀਲਦਾਰ ਪੰਜਾਬ ਦੀ ਸਰਕਾਰ ਨੂੰ ਕਿੰਨੇ ਗਰੀਬ ਲੱਭੇ ਬੇਰੋਜ਼ਗਾਰ ਕਿੰਨੇ ਲੱਭੇ ਇੱਕ ਬਿਆਨਤ ਸਿੰਘ ਦਾ ਪੋਤਾ ਲੱਭਾ ਜਿਹਨੂੰ ਡੀਐਸਪੀ ਲਾਤਾ ਇੱਕ ਪਾਂਡੇ ਦਾ ਮੁੰਡਾ ਲੱਭਾ ਉਹਨੂੰ ਤਹਿਸੀਲਦਾਰ ਲਾਤਾ 12976 ਸਕੂਲ ਜਿਹੜੇ ਸਮਾਰਟ ਬਣਾਏ ਆ ਮੈਂ ਪੋਲ ਖੋਲ ਮਹਿੰਮ ਸ਼ੁਰੂ ਕੀਤੀ ਫਗਵਾੜੇ ਦੇ ਵਿੱਚ ਮੈਂ ਕਹਾਂ ਦੇਖਤਾਂ ਲਈਏ ਸਮਾਰਟ ਸਕੂਲ ਕਿੰਦੇ ਕਿਹਨੂੰ ਦੁਵਾਰਾਂ ਦੇ ਉੱਤੇ ਕਾਰਟੂਨ ਬਣਾ ਕੇ ਸਮਾਰਟ ਸਕੂਲ ਬਣਾਏ ਜਾ ਰਹੇ ਆ ਕਿਤੇ ਉਹ ਬਣਾਇਆ ਛੋਟਾ ਭੀਮ ਕਿਤੇ ਉਹ ਛੋਟੂ ਮੋਟੂ ਬਣਾਇਆ ਬਸ ਉਹ ਦਵਾਰਾਂ ਤੇ ਕਾਰਟੂਨ ਬਣਾਏ ਹੋਆ ਤੇ ਵਿੱਚ ਸਰਕਾਰੀ ਪ੍ਰਾਇਮਰੀ ਇੱਕ ਲਫਜ਼ ਵਿੱਚ ਲਿਖਤਾ ਸਮਾਰਟ ਸਕੂਲ 95% ਪ੍ਰੀ ਪ੍ਰਾਇਮਰੀ ਸਕੂਲ ਬਿਨਾ ਟੀਚਰ ਤੋਂ ਚੱਲ ਰਿਹਾ 95% ਮੇਰੇ ਕੋਲ ਅੰਕੜਾ ਪਿਆ ਚੌਕੀਦਾਰ ਕਿਸੇ ਸਕੂਲ ਦੇ ਵਿੱਚ ਹੈ ਨਹੀਂ ਨਿਆਣੇ ਜਿਹੜੇ ਹੈਗੇ ਆ ਉਹ ਗੇਟ ਖੁੱਲਾ ਹੋਊਗਾ ਜਿਹੜਾ ਮਰਜ਼ੀ ਵਾਰ ਨਿਕਲ ਜਵੇ ਰਕੇਸ਼ ਟਕੈਟ ਜੀ ਅਸੀਂ ਉਹਨਾਂ ਨੂੰ ਸੋਨੇ ਦੀ ਕਹੀ ਦਿਨਾਂ ਨਾਲ ਸਨਮਾਨਿਤ ਕਰਾਂਗੇ ਨਿਊਜ਼ 9 ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸੰਜੀਪ ਸ਼ਰਮਾ ਤੁਹਾਡੇ ਨਾਲ ਮਿਲਾਵਾਂਗੇ ਲੋਕ ਇਨਸਾਫ ਪਾਰਟੀ ਦੇ ਨੌਜਵਾਨ ਨੇਤਾ ਜਰਨੈਲ ਸਿੰਘ ਨੰਗਲ ਜੀ ਨਾਲ ਜਰਨੈਲ ਜੀ ਸਵਾਗਤ ਹੈ ਤੁਹਾਡਾ ਨਿਊਜ਼ 9 ਪੰਜਾਬ ਤੇ ਬਹੁਤ ਬਹੁਤ ਧੰਨਵਾਦ ਜੀ ਜਰਨੈਲ ਜੀ ਗੱਲ ਫਿਰ ਵਿਧਾਨ ਸਭਾ ਚੋਣਾਂ ਪੰਜਾਬ ਦੀਆਂ 2022 ਦੀਆਂ ਸਿਰ ਤੇ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਫਗਵਾੜਾ ਦੇ ਹਾਲਾਤ ਇਸ ਤਰ੍ਹਾਂ ਨੇ ਕਾਂਗਰਸ ਦੇ ਵਿੱਚ ਆਪਣੀ ਅੰਦਰੂਨੀ ਜਿਹੜਾ ਕਲੇਸ਼ ਜਗਜਾਰ ਹੈ। ਅਕਾਲੀ ਭਾਜਪਾ ਅਲਾਈਅੰਸ ਟੁੱਟ ਕੇ ਅਕਾਲੀ ਬਸਪਾ ਅਲਾਈਅੰਸ ਹੋ ਗਿਆ। ਤੁਹਾਡਾ ਕੀ ਨਜ਼ਰੀਆ ਹੈ ਫਗਵਾੜੇ ਦੀ ਸਿਆਸਤ ਤੇ ਕਿਸ ਨਜ਼ਰੀਏ ਨਾਲ ਦੇਖਦੇ ਹੋ ਫਗਵਾੜਾ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਰਾਹ ਨੂੰ ਤੁਰੇਗਾ? ਬੜਾ ਗੰਭੀਰ ਸਵਾਲ ਹੈ। ਇਹ ਸ਼ਰਮਾ ਜੀ ਇਕੱਲਾ ਫਗਵਾੜੇ ਦਾ ਨਹੀਂ ਜੀ ਆਪਾਂ ਗੱਲ ਕਰੀਏ ਓਵਰਆਲ ਪੰਜਾਬ ਜਿਹੜਾ ਆ। ਕਾਂਗਰਸ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਇੱਕ ਦੂਜੇ ਦੇ ਨਾਲ ਪੂਰਾ ਉਹਨਾਂ ਨੇ ਇੱਕ ਦੂਜੇ ਦੇ ਬਰ ਖਿਲਾਫ ਆਪਣੇ ਪੂਰੇ ਸ਼ਸਤਰ ਚੱਕੇ ਹੋਏ ਆ। ਇਸ ਕਰਕੇ ਜਿਹੜਾ ਕਾਂਗਰਸ ਵਾਲੀ ਗੱਲ ਹੈ ਉਹਦੇ ਤਾਂ ਜਿਹੜੇ ਆਪਾਂ ਪਿਛਲੇ ਬਾਧੇ ਵੀ ਦੇਖ ਲਈਏ ਉਹ ਵਾਦੇ ਜਿਹੜੇ ਹੈਗੇ ਆ ਉਹ ਲੋਕਾਂ ਦੇ ਵਿੱਚ ਅੱਜ ਚਰਚਾ ਦਾ ਵਿਸ਼ਾ ਹੈਗੇ ਆ। ਪੰਜਾਬੀ ਦੀ ਇੱਕ ਕਹਾਵਤ ਹੈ ਕਹਿੰਦੇ ਡੁੱਬੀ ਦਾ ਤਾਂ ਜਆ ਸਾਹ ਨਹੀਂ ਆਇਆ। ਉਹ ਕੰਮ ਹੋਇਆ ਅਕਾਲੀ ਦਲ ਦੇ ਨਾਲ। ਸਮਝੌਤਾ ਤਾਂ ਤਾਂ ਟੁੱਟਾ ਜਦੋਂ ਲੋਕਾਂ ਨੇ ਡੰਗਾ ਚੱਕੀਆਂ ਜਦੋਂ ਇਹਨਾਂ ਨੂੰ ਪਿੰਡਾਂ ਦੇ ਮੁਹੱਲਿਆਂ ਦੇ ਵਿੱਚ ਬੜਨ ਨਹੀਂ ਦਿੱਤਾ ਇਹ ਅਕਾਲੀ ਭਾਜਪਾ ਰਹੀ ਬਸਪਾ ਜੀ ਹੁਣ ਬਸਪਾ ਦਾ ਫਾਇਦਾ ਜਿਹੜਾ ਉਹ ਅਕਾਲੀ ਦਲ ਚੁੱਕ ਰਿਹਾ ਇਹ ਆਪਾਂ ਨੂੰ ਵੀ ਪਤਾ ਪਹਿਲੇ ਦਿਨ ਜਦੋਂ ਅਲਾਈਅੰਸ ਹੋਇਆ ਸੀ ਉਸ ਦਿਨ 20 ਸੀਟਾਂ ਬਸਪਾ ਨੂੰ ਜੀ ਔਰ ਉਹਦੇ ਨਾਲ 20 ਸੀਟਾਂ ਉਹਨਾਂ ਨੇ ਬਕਾਇਦਾ ਨੰਬਰਿੰਗ ਕਰਕੇ ਦੱਸੀ ਵੇ ਆਹ ਸੀਟ ਤੇ ਆਹ ਸੀਟ ਆਹ ਸੀਟ ਜਾਂ ਆਹ ਸੀਟ ਜਿਹੜੀ ਆ ਬਸਪਾ ਨੂੰ ਜਾਊਗੀ ਔਰ ਉਹਦੇ ਚੋਂ 12 ਸੀਟਾਂ ਇਦਾਂ ਦੀਆਂ ਜਿਹੜੀਆਂ ਜਿੱਥੇ ਬਸਪਾ ਦਾ ਆਧਾਰ ਜਿਹੜਾ ਆ ਬਹੁਤ ਘੱਟ ਕਿਉਂਕਿ ਮੈਂ ਤਾਂ ਕਹਿੰਦਾ ਮੈਂ ਬਹੁਤ ਲੰਬਾ ਸਮਾਂ ਜਿਹੜਾ ਬਸਪਾ ਦੇ ਵਿੱਚ 24 ਸਾਲ ਬਿਤਾਰੇ। ਜੀ। ਔਰ ਉੱਥੇ ਜਿੱਥੇ ਸਾਨੂੰ ਸੰਗਠਨ ਦੇ ਵਿੱਚ ਲਾਉਣ ਨੂੰ ਕੋ ਬੰਦਾ ਹੀ ਨਹੀਂ ਸੀ ਲੱਭਦਾ। ਉਹ ਸੀਟਾਂ ਉਹਨਾਂ ਨੂੰ ਦਿੱਤੀਆਂ। ਉਸ ਤੋਂ ਬਾਅਦ ਵਿੱਚ ਐਦਾਂ ਪ੍ਰਤੀਤ ਹੋਣ ਲੱਗ ਪਿਆ ਪੰਜਾਬ ਦੇ ਅੰਦਰ ਬਸਪਾ ਦਾ ਵਰਕਰ ਜਿਹੜਾ ਹੈਗਾ ਉਹ ਇੰਨਾ ਨਰਾਸ਼ ਹੋ ਗਿਆ ਕਿ ਬਸਪਾ ਦੀਆਂ ਸੀਟਾਂ ਦਾ ਫੈਸਲਾ ਅਕਾਲੀ ਦਲ ਦਾ ਪ੍ਰਧਾਨ ਕਰਨ ਲੱਗ ਪਿਆ। ਜਿਹਦੀਆਂ ਐਗਜ਼ਾਮਪਲ ਜਿਹੜੀਆਂ ਤੁਹਾਡੇ ਕੋਲ ਤਿੰਨ ਆਈਆਂ। ਵਾਈਲੀ ਸੀਟ ਟਾਂਡੇ ਦੀ ਉੜਮੜਦੀ ਜਿਹੜੀ ਲਖਵਿੰਦਰ ਲੱਖੀ ਨੂੰ ਦਿੱਤੀ ਆਕਾਦੀ ਦਲ ਦਾ ਅਹੁਦੇਦਾਰ ਤੇ बसपा ਦੇ ਵਿੱਚ ਸ਼ਾਮਲ ਕਰਾਇਆ ਇਤਿਹਾਸ ਚ ਪਹਿਲੀ ਵਾਰ ਇਦਾਂ ਹੋਇਆ ਹੋਊਗਾ ਵੀ ਦੋ ਪਾਰਟੀਆਂ ਦਾ ਸਮਝੌਤਾ ਹੋਇਆ ਹੋਵੇ ਤੇ ਇੱਕ ਪਾਰਟੀ ਜੋ ਬੰਦਾ ਦੂਜੀ ਪਾਰਟੀ ਚ ਸ਼ਾਮਲ ਕਰਾ ਕੇ ਉਹਨੂੰ ਟਿਕਟ ਜਿਹੜੀ ਹੈਗੀ ਦੂਜੀ ਪਾਰਟੀ ਦੇਤੀ ਉਹ ਦੇਖੋ ਸੁਖਵੀਰ ਬਾਦਲ ਕਿੰਨਾ ਛਾਤਰਿਆ ਉਹਦੀ ਕਿੱਡੀ ਵੱਡੀ ਮਜਬੂਰੀ बसपा ਦੀ ਹੋਊਗੀ ਕਿ ਉਹਦੀ ਚਤੁਰਾਈ ਦੇ ਮੂਰੇ ਉਹਨਾਂ ਨੇ ਗੁੱਡੇ ਟੇਕਤੇ ਪਹਿਲਾ ਇੱਕ ਉਹਨਾਂ ਦਾ ਲੀਡਰ ਜਿਹੜਾ ਉਹਨੂੰ ਆਪਣੇ ਹਿੱਸੇ ਦੀ ਟਿਕਟ ਦਿੱਤੀ ਸੀਟ ਜਿਹੜੀ ਸਮਝ ਲਓ ਇੱਕ 20 ਚੋਂ 10 ਰਹਿ ਗਏ ਉਸ ਤੋਂ ਬਾਅਦ ਆ ਗਿਆ ਅੰਮ੍ਰਿਤਸਰ ਉੱਤਰੀ ਦੇ ਵਿੱਚ ਉੱਥੇ ਅਨਿਲ ਜੋਸ਼ੀ ਨੂੰ ਸ਼ਾਮਲ ਕਰਾ ਲਿਆ ਸੀਟ बसपा ਦੇ ਹਿੱਸੇ ਕੈਂਡੀਡੇਟ ਅਕਾਲੀ ਦਲ ਦਾ ਤੀਜੀ ਸੀਟ ਆ ਗਈ ਸੁਝਾਨਪੁਰ ਦੀ ਉੱਥੇ ਰਾਜਕੁਮਾਰ ਗੁਪਤੇ ਨੂੰ ਸ਼ਾਮਲ ਕਰਵਾ ਲਿਆ ਸੀਟ बसपा ਦੀ ਉਮੀਦਵਾਰ ਅਕਾਲੀ ਦਲ ਦਾ ਤੇ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਮੈਂ ਹੈਰਾਨ ਹੋ ਗਿਆ ਬਈ ਫਗਵਾੜੇ ਦੇ ਵਿੱਚ ਇਹਨਾਂ ਨੇ 29 ਤਰੀਕ ਨੂੰ ਇੱਕ ਵੱਡੀ ਰੈਲੀ ਕੀਤੀ ਜੀ ਉਹਦੇ ਵਿੱਚ ਜਦੋਂ ਮੈਂ ਮੰਚ ਦੇ ਉੱਤੇ ਦੇ ਮੈਂ ਲਾਈਵ ਦੇਖ ਰਿਹਾ ਸੀ ਵੀ ਮੰਚ ਦੇ ਉੱਤੇ ਬਸਪਾ ਦਾ ਪੰਜਾਬ ਦਾ ਪ੍ਰਧਾਨ ਨੈਸ਼ਨਲ ਪਾਰਟੀ ਆ ਪੰਜਾਬ ਦਾ ਪ੍ਰਧਾਨ ਆ ਨੈਸ਼ਨਲ ਪ੍ਰੈਜ਼ੀਡੈਂਟ ਆ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਉਹ ਵੀ ਆਪਣੀ ਪਾਰਟੀ ਦਾ ਪ੍ਰਧਾਨ ਹੈ ਉਹ ਵੀ ਆਪਣੀ ਪਾਰਟੀ ਦਾ ਉਹ ਸੰਬੋਧਨ ਕਰ ਰਿਹਾ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਇਸ ਤਰ੍ਹਾਂ ਸਟੇਜ ਦੇ ਉੱਤੇ ਆ ਬੈਠਾ ਤੇ ਜਦੋਂ ਸੁਖਵੀਰ ਸਿੰਘ ਬਾਦਲ ਸੰਬੋਧਨ ਕਰ ਰਿਹਾ ਤੇ ਕਹਿੰਦਾ ਗੜੀ ਸਾਹਿਬ ਕਿੱਥੇ ਆ ਲਿਆਓ ਜਰਾ ਇੱਧਰ ਤੇ ਗੜੀ ਸਾਹਿਬ ਆਉਂਦੇ ਆ ਤੇ ਇਦਾਂ ਨਮਾਣੇ ਜੇ ਬਣ ਕੇ ਖੜੇ ਹੋ ਜਾਂਦੇ ਆ ਤੇ ਉਹ ਕਹਿੰਦਾ ਵੀ ਇਹਨਾਂ ਨੂੰ ਹੀ ਹੁਣ ਬਸਫਾ ਦਾ ਪ੍ਰਧਾਨ ਆਪਾਂ ਕਹਿੰਦੇ ਰਹਿਣ ਦਿਓ ਬੈਣੀਪਾਲ ਸਾਹਿਬ ਇਹਨਾਂ ਨੂੰ ਹੀ ਰਹਿਣ ਦਿਓ ਮਤਲਬ ਕਿ ਸੱਦ ਤੱਕ ਕਿਸ ਹੱਦ ਤੱਕ ਜਾਨੀ ਕਿ ਜਿਹੜਾ ਹੈਗਾ ਉਹ ਬਸਫਾ ਦੇ ਵਰਕਰਾਂ ਦਾ ਸ਼ੋਸ਼ਣ ਹੋ ਰਿਹਾ ਤੋਂ ਇਹ ਜਿਹੜਾ ਸਮਝੌਤਾ ਹੈਗਾ ਇਹ ਸਮਝੌਤਾ ਮੈਂ ਕਹਿੰਦਾ ਸਮਝੌਤਾ ਘੱਟ ਦੇ ਸੌਦਾ ਜ਼ਿਆਦਾ ਹੋਇਆ ਇਸ ਕਰਕੇ ਇਸ ਸਮਝੌਤੇ ਨੂੰ ਵੀ ਆਪਾਂ ਬਹੁਤਾਂ ਗੰਭੀਰਤਾ ਦੇ ਨਾਲ ਲਈਏ ਇਹ ਮੈਨੂੰ ਨਹੀਂ ਲੱਗਦਾ ਇੱਥੇ ਉਹਨਾਂ ਨੇ ਹੁਣ ਮੈਨੂੰ ਪਤਾ ਲੱਗਾ ਵੇ ਪੰਜਾਬ ਦਾ ਪ੍ਰਧਾਨ ਜਿਹੜਾ ਹੈਗਾ ਬਸਪਾ ਦਾ ਉਹ ਫਗਵਾੜੇ ਜਿਹੜਾ ਹੈਗਾ ਉਹ ਕਾਫੀ ਘਮ ਰਿਹਾ ਵੇ ਇਥੋਂ ਇਲੈਕਸ਼ਨ ਲੜਨੀ ਹੈ ਜੀ ਸਦਕੇ ਲੜੇ ਲੇਕਿਨ ਫਗਵਾੜੇ ਦਾ ਦੁਖਾਂਤ ਫਗਵਾੜੇ ਦੇ ਬਸਪਾ ਵਰਕਰਸ ਔਰ ਲੀਡਰ ਦਾ ਦੁਖਾਂਤ ਜੀ ਦੁਖਾਂਤ ਕੀ ਆ ਮੈਂ ਪਿੱਛੇ ਤੋਂ ਚਲੇ ਜਾਣਾ 2004 ਦੇ ਵਿੱਚ ਲੋਕ ਸਭਾ ਲੜੀ ਪਵਨ ਕੁਮਾਰ ਟੀਨੂ ਨੇ ਉਹ ਨਹੀਂ ਮੁੜ ਕੇ ਆਏ ਉਸ ਵੇਲੇ ਅਸੀਂ ਫਲੋਰ ਲੋਕ ਸਭਾ ਚ ਹੁੰਦੇ ਸੀ ਹਲਕਾ ਫਗਵਾੜਾ ਫਲੋਰ ਲੋਕ ਸਭਾ ਦਾ ਹਿੱਸਾ ਸੀ 2000 ਅ 9 ਦੇ ਵਿੱਚ ਲੜੀ ਡਾਕਟਰ ਸੁਖਵਿੰਦਰ ਸੁਖੀ ਨੇ ਲੋਕ ਸਭਾ ਉਦੋਂ ਹੁਸ਼ਿਆਰਪੁਰ ਸੀ ਅਸੀਂ ਹੁਸ਼ਿਆਰਪੁਰ ਦਾ ਹਿੱਸਾ ਸੀ ਉਹ ਨਹੀਂ ਮੁੜ ਕੇ ਆਏ 2014 ਦੇ ਵਿੱਚ ਲੜੀ ਭਗਵਾਨ ਸਿੰਘ ਚੋਹਾਨ ਨੇ ਉਹ ਨਹੀਂ ਮੁੜ ਕੇ ਆਏ 2019 ਦੇ ਵਿੱਚ ਲੋਕ ਸਭਾ ਲੜੀ ਚੌਧਰੀ ਖੁਸ਼ੀਰਾਮ ਨੇ ਉਹ ਨਹੀਂ ਆਏ ਵਿਧਾਨ ਸਭਾ ਦੀ ਗੱਲ ਕਰ ਲਓ ਵਿਧਾਨ ਸਭਾ ਦੇ ਵਿੱਚ 7 ਦੇ ਵਿੱਚ ਮਾਸਟਰ ਹਰਪ੍ਰੀਤ ਸਿੰਘ ਬਲਾਲੋਂ ਜੀ ਸਾਡੇ ਸਤਿਕਾਰਯੋਗ ਆ ਬਜ਼ੁਰਗ ਨੇ ਉਹ ਹੁਣ ਉਸ ਜ਼ਿੰਦਗੀ ਦੇ ਪੜਾਤੇ ਨੇ ਵੀ ਉਹ 11 ਨੱਠ ਭਜ ਨਹੀਂ ਕਰ ਸਕਦੇ ਲੇਕਿਨ ਫਗਵਾੜੇ 'ਚ ਬੈਠੇ ਆ ਜੀ 12 ਦੇ ਵਿੱਚ ਮੈਂ ਲੜੀ ਮੈਂ ਅੱਜ ਤੱਕ ਲੋਕਾਂ ਦੇ ਵਿੱਚ ਆ 17 ਦੇ ਵਿੱਚ ਇੱਕ ਨੌਜਵਾਨ ਸਾਥੀ ਨੂੰ ਇਹਨਾਂ ਨੇ ਇਲੈਕਸ਼ਨ ਲੜਾਇਆ ਸੁਰਿੰਦਰ ਢੰਡਾ ਜੀ ਨੂੰ ਦੁਬਾਰਾ ਲੋਕਾਂ ਦੇ ਵਿੱਚ ਉਹ ਵੀ ਨਹੀਂ ਆਏ ਉਸ ਤੋਂ ਬਾਅਦ ਇਹਨਾਂ ਨੇ ਨਵਾਂ ਐਕਸਪੈਰੀਮੈਂਟ ਕੀਤਾ 19 ਦੇ ਵਿੱਚ ਜਿਮਨੀ ਚੋਂ ਆ ਗਈ ਇਹਨਾਂ ਨੇ 40-45 ਕਿਲੋਮੀਟਰ ਤੋਂ ਲੈ ਕੇ ਭਗਵਾਨ ਦਾ ਸਿੱਧੂ ਲੈ ਆਂਦਾ ਉਹ ਨਹੀਂ ਮੁੜ ਕੇ ਲੱਭਾ ਹੁਣ 60 ਕਿਲੋਮੀਟਰ ਤੋਂ ਜਸਵੀਰ ਸਿੰਘ ਖੜੀ ਆ ਗਿਆ ਇਹ ਫਗਵਾੜੀ ਦੇ बसपा ਵਰਕਰਾਂ ਦਾ बसपा ਲੀਡਰਾਂ ਦਾ ਦੁਖਾਂਤ ਆ ਔਰ ਨਾਲ ਫਗਵਾੜੀ ਦੇ ਲੋਕਾਂ ਦਾ ਦੁਖਾਂਤ ਆ ਜਿਹੜੇ ਵੋਟ ਪਾਉਂਦੇ ਆ ਵੋਟਰਾਂ ਦਾ ਦੁਖਾਂਤ ਆ ਵੀ ਯਾਰ ਐਦਾਂ ਹੀ ਹੋਇਆ ਕਰੂਗੀ ਕੀ ਲੀਡਰਸ਼ਿਪ ਇੰਨੀ ਵੀ ਕੁਆਲਿਟੀ ਵਾਲੀ ਹੈ ਨਹੀਂ ਯਾਰ ਅੱਜ ਸਮਝੌਤਾ ਹੋਇਆ ਜਿੱਥੇ बसपा ਨੂੰ 10000 15000 ਵੋਟ ਪੈਂਦੀ ਆ ਉੱਥੇ बसपा ਦਾ ਝੰਡਾ ਚੁੱਕਣ ਵਾਲੇ ਤਾਂ ਲੋਕ ਬੈਠੇ ਆ ਨਾ ਬਸ ਪਾ ਦੇ ਲੀਡਰ ਤਾਂ ਬੈਠੇ ਆ ਨਾ ਉਹਨਾਂ ਦੇ ਉੱਤੇ ਸਰਕਾਰ ਨੇ ਤਸ਼ੱਦਦ ਵੀ ਕੀਤਾ ਹੋ ਸਕਦਾ ਉਹਨਾਂ ਦੇ ਉੱਤੇ ਪਰਚੇ ਵੀ ਦਰਜ ਕੀਤੇ ਹੋ ਸਕਦੇ ਆ ਉਹਨਾਂ ਨੇ ਜ਼ਬਰ ਜ਼ੁਲਮ ਵੀ ਸਹੇ ਆ ਜੀ ਅੱਜ ਮੌਕਾ ਆਇਆ ਤਾਂ ਉਹਨਾਂ ਚ ਲੜਾਓ ਨਾਲੇ ਪਤਾ ਤਾਂ ਲੱਗੇ ਫਵਾੜੇ ਦੇ ਲੋਕਾਂ ਨੂੰ ਵੀ ਸਾਡੇ ਵਾਲਾ ਹੈਗਾ ਅਸੀਂ ਇਹਦੇ ਤੋਂ ਕੰਮ ਵੀ ਲੈਣੇ ਕੱਲ ਨੂੰ ਇਹਨੇ ਵੋਟ ਚਾਹੇ ਰਿਜ਼ਲਟ ਜੋ ਮਰਜੀ ਆਵੇ ਲੋਕਾਂ ਚ ਰਹਿਣ ਵਾਲਾ ਤਾਂ ਹੋਵੇ ਨਾ ਤਾਂ ਇਸ ਕਰਕੇ ਇਸ ਸਮਝੌਤੇ ਨੂੰ ਮੈਂ ਬਹੁਤਾ ਗੰਭੀਰਤਾ ਦੇ ਨਾਲ ਨਹੀਂ ਰਹਿੰਦਾ ਤੇ ਰਹੀ ਗੱਲ ਸਾਡੀ ਮੈਂ ਸ਼ਰਮਾ ਜੀ 2012 ਚ ਪਹਿਲੀ ਇਲੈਕਸ਼ਨ ਫਾਈਟ ਕੀਤੀ ਸੀ रिकॉर्ड ਚੱਕ ਕੇ ਦੇਖ ਲਓ 2012 ਤੋਂ ਲੈ ਕੇ 2022 ਚੱਲਣ ਲੱਗਾ 10 ਸਾਲਾਂ ਦਾ ਜੇ ਮੈਨੂੰ ਕੋਈ ਇੱਕ ਸਿੰਗਲ ਸ਼ਖਸੀ ਗੱਲ ਕਹਿ ਦੇਵੇ ਕਿ ਮੇਰੀ ਫਗਵਾੜੇ ਦੇ ਕਿਸੇ ਮੁੱਦੇ ਦੇ ਉੱਤੇ ਜਿਹੜਾ ਫਗਵਾੜੇ ਦੀ ਜ਼ਰੂਰਤ ਹੈ ਤੇ ਮੈਂ ਆਵਾਜ਼ ਨਹੀਂ ਚੁੱਕੀ ਜਾਂ ਕੋਈ ਬੰਦਾ ਇਹ ਗੱਲ ਕਹਿ ਦੇਵੇ ਕਿ ਜਰਨੈਲ ਨੰਗਲ ਇਲੈਕਸ਼ਨ ਤੋਂ ਬਾਅਦ ਸਾਨੂੰ ਲੱਭਾ ਨਹੀਂ ਮੈਂ ਤਾਂ ਯਾਰ ਇੰਤਕਾਲ ਹੀ ਮੇਰਾ ਲੋਕਾਂ ਦੇ ਨਾਲ ਹੋਇਆ ਆ ਮੈਂ ਤਾਂ ਹਮੇਸ਼ਾ ਵਿਚਰਦਾ ਹੀ ਲੋਕਾਂ ਦੇ ਵਿੱਚ ਆ ਅੱਜ ਤੱਕ ਦੇਖ ਲਓ ਰਿਕਾਰਡ ਕੱਢ ਕੇ ਦੇਖ ਲਓ ਮੇਰਾ ਫੇਸਬੁੱਕ ਪੇਜ ਚੈੱਕ ਕਰ ਲਓ ਮੇਰਾ ਸੋਸ਼ਲ ਮੀਡੀਆ ਅਕਾਊਂਟ ਚੈੱਕ ਕਰ ਲਓ ਮੇਰਾ ਪ੍ਰਿੰਟ ਮੀਡੀਆ ਦੇ ਉੱਤੇ ਨਿਊਜ਼ ਚੈੱਕ ਕਰ ਲਓ ਚਾਹੇ ਜੋ ਮਰਜ਼ੀ ਚੈੱਕ ਕਰ ਲਓ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਕਿ 10 ਸਾਲਾਂ ਦੇ ਵਿੱਚ ਬਹੁਤ ਲੀਡਰ ਆਏ ਬਹੁਤ ਗਏ ਲੇਕਿਨ ਜਰਨੈਲ ਨੰਗਲ ਫਗਵਾੜੇ ਦੇ ਲੋਕਾਂ ਦੀ 10 ਸਾਲ ਪਹਿਲਾਂ ਵੀ ਸੇਵਾ ਕਰਦਾ ਸੀ ਅੱਜ ਵੀ ਕਰ ਰਿਹਾ ਤੇ ਕੱਲ ਨੂੰ ਵੀ ਕਰਨੀ ਆ ਇਹਦੇ ਵਿੱਚ ਕੋਈ ਦੋਰਾ ਨਹੀਂ ਕਿੰਨੇ ਸਾਲ ਤੁਸੀਂ ਬਸਪਾ ਵਿੱਚ ਗੁਜ਼ਾਰੇ ਆ ਕਾਫੀ ਦਰਦ ਲੱਗਦਾ ਵੀ ਟੀਸ ਹੋਈ ਹੈ ਮੈਂ 24 ਸਾਲ ਭੋਜਨ ਸਮਾਜ ਪਾਰਟੀ ਦੇ ਵਿੱਚ 1992 ਤੋਂ ਲੈ ਕੇ 2016 ਤੱਕ ਛੱਡਣ ਦਾ ਕੀ ਕਾਰਨ ਰਿਹਾ ਕਾਰਨ ਬਹੁਤ ਸਾਰੇ ਰਹੇ ਆ ਉਸ ਵੇਲੇ ਦੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਜਲੀਲੇ ਹੀ ਬੰਦੇ ਨੂੰ ਇੰਨਾ ਕਰ ਦਿੰਦੇ ਆ ਨਾ ਤੇ ਬੰਦਾ ਭਜਣ ਲਈ ਮਜਬੂਰ ਹੋ ਜਾਂਦਾ 1.5 ਸਾਲ ਤੱਕ ਬੜੀ ਜਲਾਲਤ ਸਹੀ ਹਾਰ ਕੇ ਫਿਰ ਇਹੀ ਕਿਹਾ ਵੀ ਜਿੰਨੀ ਨਿਭਦੀਆ ਨਿਭਾ ਲੈਂਦੇ ਆ ਨਿਭ ਗਈ ਠੀਕ ਆ ਹੁਣ ਆਪਣੀ ਨਹੀਂ ਨਿਭਣੀ ਹੁਣ ਆਪਾਂ ਵਾਪਸੀ ਕੀਤੀ ਲਈ ਆਪਾਂ ਪਰ ਭਾਵੇਂ ਕਿ ਅੱਜ ਬਸਪਾ ਦੇ ਵਿੱਚੋਂ ਮੈਂ ਬਾਹਰ ਬੈਠਾ ਮੈਂ ਕਿਸੇ ਹੋਰ ਸੰਗਠਨ ਪਾਰਟੀ ਦੇ ਨਾਲ ਜੁੜਿਆ ਹੋਇਆ ਲੇਕਿਨ ਮੈਂ ਕਦੀ ਮਾੜਾ ਲਫ਼ਜ਼ ਨਹੀਂ ਬੋਲਿਆ ਅੱਜ ਵੀ ਦਰਦੀਆਂ ਮੈਂ ਬਸਪਾ ਦਾ ਅੱਜ ਵੀ ਦਰਦੀਆਂ ਕਿਉਂਕਿ ਬਸਪਾ ਇੱਕ ਮਿਸ਼ਨ ਦਾ ਨਾਮ ਸੀ ਉਹ ਮਿਸ਼ਨ ਜਿਹੜਾ ਆ ਅੱਜ ਪਤਾ ਨਹੀਂ ਕਿਹੜੇ ਖਲ ਖੁੰਜਿਆਂ ਦੇ ਵਿੱਚ ਜਾਂ ਉਸ ਮਿਸ਼ਨ ਦਾ ਕੀ ਇਨਾਨੇ ਬਣਾਤਾ ਸ ਮੇਰੀ ਸਮਝ ਦੇ ਵਿੱਚ ਬਾਹਰ ਆ ਜੋ ਕਾਂਸ਼ੀਰਾਂ ਸਾਹਿਬ ਤੋਂ ਅਸੀਂ ਸਿੱਖਿਆ ਸੀ ਉਹ ਅੱਜ ਸਾਹਮਣੇ ਨਹੀਂ ਨਜ਼ਰ ਆ ਰਿਹਾ ਇਹ ਇਹ ਸਾਡਾ ਦਰਦ ਹੈ ਜਨਰਲ ਜੀ ਇੰਨੀ ਲੰਬੀ ਚੌੜੀ ਗੱਲਬਾਤ ਹੋਈ ਹੈ ਬਸਪਾ ਤੇ ਤਾਂ ਇੱਕ ਨਜ਼ਰ ਕਪੂਰਥਲਾ ਵਾਲੀ ਸੀਟ ਤੇ ਵੀ ਮਾਰ ਲੈਣੀ ਸੀ ਚਾਰ ਹੋ ਗਏ ਕਪੂਰਥਲਾ ਸੀਟ ਜਿਹੜੀ ਹੈਗੀ ਆ ਉਹ ਹਜੇ ਇਹਨਾਂ ਨੇ ਅਨਾਉਂਸ ਨਹੀਂ ਕੀਤੀ ਜੀ ਇਹ ਅਨਾਉਂਸ ਕਰ ਦੇ ਦਿਤੀ ਆ ਕਿ ਉਹ ਬਸਪਾ ਦੀ ਝੋਲੀ ਚ ਚਲੇਗੀ ਨਹੀਂ ਝੋਲੀ ਚ ਗਈ ਆ ਝੋਲੀ ਚ ਗਈ ਆ ਉਹ ਤਾਂ ਜਿਹੜੇ ਦੋ ਸੀਟਾਂ ਸੁਝਾਨਪੁਰ ਤੇ ਅੰਮ੍ਰਿਤਸਰ ਨਾਰਥ ਦੇ ਬਦਲੇ ਇਹਨਾਂ ਨੇ ਸ਼ਾਮ 84 ਤੇ ਕਪੂਰਥਲਾ ਲਈ ਆ ਲੇਕਿਨ ਕਪੂਰਥਲਾ ਜਿਹੜੀ ਲਈ ਆ ਉੱਥੇ ਵੀ ਬਸਪਾ ਦਾ ਰਿਕਾਰਡ ਕੱਢ ਕੇ ਚੈੱਕ ਕਰਕੇ ਦੇਖ ਲਓ 1200 1500 ਤੋਂ ਵੱਧ ਕਦੀ ਵੋਟ ਨਹੀਂ ਪਿਆ ਉਥੇ ਹਾਂ ਔਰ ਪਿਛਲੀ ਵਾਰੀ ਤਾਂ ਮੇਰੇ ਖਿਆਲ ਸਤਕ ਸੋਈ ਸੀ ਬਿਲਕੁਲ ਜੀ ਹਾਂਜੀ ਪਿਛਲੀ ਵਾਰ ਤਾਂ ਸਤਕ ਸੋਈ ਸੀ 2012 ਚ ਜਿਹੜੀ ਲੜ ਸੀ ਉਸ ਮੁੰਡਾ ਚਰਨਜੀਤ ਹੰਸ ਲੜਿਆ ਸੀਗਾ ਤੇ ਉਹਨੂੰ ਪਈ ਸੀ 1500 ਕੁਛ ਵੋਟਾਂ ਤੋਂ ਇਸ ਕਰਕੇ ਮੈਂ ਤਾਂ ਇਹ ਕਿੰਨਾ ਵੀ ਲੜ ਲਓ ਇਹ ਵੈਸੇ ਉਹਨਾਂ ਦਾ ਇੰਟਰਨਲ ਮਾਮਲਾ ਮੇਰਾ ਇਹਦੇ ਚ ਦਖਲਅੰਦਾਜ਼ੀ ਦੇਣਾ ਬਣਦਾ ਨਹੀਂ ਲੇਕਿਨ ਤੁਸੀਂ ਦਰਦੀ ਹੋ ਸਮਾਜਿਕ ਲੋਗ ਆ ਅਸੀਂ ਅਸੀਂ ਵੀ ਆਪਣੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਜਿਹੜਾ ਆ ਉਸ ਮਿਸ਼ਨ ਤੇ ਲਈ ਲਗਾਇਆ ਹੋਇਆ ਆ ਅਸੀਂ ਵੀ ਆਪਣੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਉਸ ਮਸ਼ੀਨ ਲਈ ਲਗਾਇਆ ਇਸ ਕਰਕੇ ਸਾਨੂੰ ਦਰਦ ਤਾਂ ਹੁੰਦਾ ਹੀ ਆ ਵੀ ਯਾਰ ਨਹੀਂ ਜਿਨ੍ਹਾਂ ਲੋਕਾਂ ਨੇ ਘਰ ਬਰਬਾਦ ਕਰ ਲਏ ਮੇਰੇ ਨਜ਼ਰਾਂ ਦੇ ਅੰਦਰ ਇਦਾਂ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਕਾਰੋਬਾਰ ਠੱਪ ਹੋ ਗਏ ਜਿਨ੍ਹਾਂ ਨੇ ਆਪਣੇ ਘਰ ਬਰਬਾਦ ਕਰ ਲਏ ਜਿਨ੍ਹਾਂ ਨੇ ਆਪਣੇ ਬੱਚਿਆਂ ਦਾ ਫਿਊਚਰ ਤੱਕ ਨਹੀਂ ਦੇਖਿਆ ਜਿਨ੍ਹਾਂ ਦੇ ਬੱਚੇ ਪੜ੍ਹ ਨਾ ਸਕੇ ਮਜਬੂਰੀਆਂ ਦੇ ਕਰਕੇ ਜਿਨ੍ਹਾਂ ਦੇ ਕੰਮਕਾਰ ਦੁਕਾਨਾਂ ਬੰਦ ਹੋ ਗਈਆਂ ਉਹ ਲੋਕ ਅੱਜ ਵੀ ਬਸਪਾ ਦਾ ਝੰਡਾ ਚੁੱਕੇ ਬੈਠੇ ਰਹੇ ਲੇਕਿਨ ਅੱਜ ਜੇ ਆ ਹਾਲਾਤ ਦੇਖਣੇ ਸੀ ਤਾਂ ਮੈਨੂੰ ਲੱਗਦਾ ਕਿ ਉਹ ਕਾਂਸ਼ੀ ਰਾਮ ਸਾਹਿਬ ਦਾ ਉਹ ਮਿਸ਼ਨ ਨਹੀਂ ਸੀ ਜਿਹੜਾ ਮਿਸ਼ਨ ਅੱਜ ਚਲਾਇਆ ਜਾ ਰਿਹਾ ਜਰਨੈਲ ਜੀ ਬਸਪਾ ਤੋਂ ਇਲਾਵਾ ਹੋਰ ਵੀ ਪਾਰਟੀਆਂ ਜਿਹੜੀਆਂ ਫਗਵਾੜੇ 'ਚ ਜਿਨ੍ਹਾਂ ਦੇ ਹਾਲਾਤ ਤੇ ਆਪਾਂ ਚਰਚਾ ਕਰਨੀ ਆ ਕੀ ਦੇਖਦੇ ਹੋ ਆਲ ਓਵਰ ਪਾਰਟੀਆਂ ਦੇ ਹਾਲਾਤ ਤੇ ਵਰਕਰਾਂ ਦੀ ਮਜਬੂਰੀ ਕਿਸ ਤਰ੍ਹਾਂ ਦੇਖਦੇ ਦੇਖੋ ਆਵਰ ਓਵਰ ਆਲ ਜਿਹੜੀਆਂ ਪਾਰਟੀਆਂ ਹੈਗੀਆਂ ਜਿਹਦੇ ਵਿੱਚ ਮੇਨਲੀ ਰਾਜ ਕਰਨ ਵਾਲੇ ਲੋਕ ਹੈਗੇ ਆ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਦਾ ਦੇਖੋ ਜਦੋਂ ਉਹਨਾਂ ਨੇ ਚੋਣ ਮੈਨੀਫੈਸਟੋ 2016 ਦੇ ਵਿੱਚ ਵੱਡੇ ਵੱਡੇ ਹੋਲਡਿੰਗ ਲੱਗੇ ਵੱਡੇ ਵੱਡੇ ਕੰਧਾਂ ਦੇ ਉੱਤੇ ਬਾਲ ਪੇਂਟਿੰਗ ਹੋਈ ਔਰ ਤੁਸੀਂ ਉਸ ਵੇਲੇ ਦੇਖਿਆ ਅਸੀਂ ਵੀ ਦੇਖਿਆ ਵੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਤੇ ਕੈਪਟਨ ਨੇ ਵੱਡੇ ਵੱਡੇ ਵਾਅਦੇ ਵੀ ਕੀਤੇ ਮੈਂ ਜੇ ਸਾਰੇ ਵੀ ਨਾ ਗਿਣਾਵਾਂ ਜੇ 5-7 ਵਾਅਦੇ ਆਪਾਂ ਮੇਨ ਹੀ ਦੇਖ ਲਈਏ ਜਿਹੜੇ ਲੋਕਾਂ ਦੀ ਜ਼ਬਾਨ ਦੇ ਉੱਤੇ ਆ ਜਿਹੜੇ ਲੋਕਾਂ ਦੀ ਜਵਾਨ ਦੇ ਉੱਤੇ ਆ ਉਹਦੇ ਚੋਂ ਸਭ ਤੋਂ ਵੱਡਾ ਵਾਅਦਾ ਕੀ ਸੀਗਾ ਸਭ ਤੋਂ ਵੱਡਾ ਵਾਅਦਾ ਇਹ ਸੀ ਕਿ ਜੇ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਇਸ ਸੂਬੇ ਦੇ ਵਿੱਚੋਂ ਨਸ਼ਾ ਜਿਹੜਾ ਹੈਗਾ ਉਹ 4 ਹਫ਼ਤਿਆਂ ਦੇ ਵਿੱਚ ਖਤਮ ਕਰ ਦਿਆਂਗੇ ਜੀ ਪਹਿਲਾ ਵਾਅਦਾ ਅੱਜ ਤੱਕ ਨਸ਼ਾ ਨਹੀਂ ਖਤਮ ਹੋਇਆ ਨਹੀਂ ਵਧਿਆ ਵਧਿਆ ਵੀ ਆ ਤੇ ਨਾਲ ਕਈ ਤਾਂ ਮੈਨੂੰ ਪਿੰਡਾਂ ਜਮਾਂ ਪੁੱਛਦਾ ਮੈਂ ਕਿਹਾ ਖਤਮ ਹੋ ਗਿਆ ਕਹਿੰਦੇ ਨਹੀਂ ਮਹਿੰਗਾ ਹੋ ਗਿਆ ਉਹ ਮੈਂ ਕਹਾਂ ਉਹ ਇਸ ਕਰਕੇ ਡੀਲਰਸ਼ਿਪ ਬਦਲ ਗਈ ਨਾ ਤਾਂ ਕਰਕੇ ਥੋੜਾ ਤਾਂ ਮਹਿੰਗਾ ਹੋ ਗਿਆ ਦੂਸਰਾ ਉਹਨਾਂ ਦਾ ਵੱਡਾ ਵਾਅਦਾ ਕੀ ਸੀ ਵੀ ਅਗਰ ਸਾਡੀ ਸਰਕਾਰ ਬਣੀ ਤਾਂ ਕਿਸਾਨਾਂ ਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਤੁਹਾਡਾ ਚਾਹੇ ਆੜਤੀਆਂ ਦਾ ਕਰਜ਼ਾ ਹੋਵੇ ਚਾਹੇ ਕੋਆਪਰੇਟਿਵ ਸੁਸਾਇਟੀਆਂ ਦਾ ਹੋਵੇ ਚਾਹੇ ਬੈਂਕਾਂ ਦਾ ਹੋਵੇ ਤੁਹਾਨੂੰ ਦੇਣ ਦੀ ਲੋੜ ਨਹੀਂ ਅਸੀਂ ਦੇਵਾਂਗੇ ਅੱਜ ਪੌਣੇ 5 ਸਾਲ ਹੋ ਚੱਲੇ ਆ ਕਰਜ਼ਾ ਮਾਫ਼ ਨਹੀਂ ਹੋਇਆ ਤੀਸਰਾ ਉਹਨਾਂ ਦਾ ਵੱਡਾ ਵਾਅਦਾ ਕੀ ਸੀਗਾ ਕਿ ਅਸੀਂ ਹਰ ਘਰ ਦੇ ਵਿੱਚ ਨੌਕਰੀ ਦੇਵਾਂਗੇ ਸਰਕਾਰੀ ਔਰ ਨੌਕਰੀਆਂ ਦੇ ਨਾਮ ਦੇ ਉੱਤੇ ਐਡਾ ਵੱਡਾ ਸ਼ੋਸ਼ਣ ਹੋਇਆ ਪੰਜਾਬ ਦੀ ਨੌਜਵਾਨੀ ਦਾ ਜਿਹੜੇ ਨੌਜਵਾਨ ਹੱਥਾਂ ਦੇ ਵਿੱਚ ਡਿਗਰੀਆਂ ਲੈ ਕੇ ਬੇਰੋਜ਼ਗਾਰ ਤੁਰੇ ਫਿਰਦੇ ਉਹਨਾਂ ਨੂੰ ਮਿਲਦੀਆਂ ਡਾਂਗਾਂ ਚਾਹੇ ਪਟਿਆਲੇ ਤੇ ਚਾਹੇ ਚੰਡੀਗੜ੍ਹ ਉਹਨਾਂ ਦੇ ਵਰਦੀ ਡਾਂਗ ਮੈਂ ਤਾਂ ਇਹ ਗੱਲ ਕਹਿੰਦਾ ਕਿ ਪੰਜਾਬ ਦਾ ਨੌਜਵਾਨ ਬੇਰੋਜ਼ਗਾਰ ਤੇ पांडे ਦਾ ਮੁੰਡਾ ਤਹਿਸੀਲਦਾਰ ਲਾਇਆ ਪੰਜਾਬ ਸਰਕਾਰ ਨੇ ਪੰਜਾਬ ਦੀ ਸਰਕਾਰ ਨੂੰ ਕਿੰਨੇ ਗਰੀਬ ਲੱਭੇ ਬੇਰੋਜ਼ਗਾਰ ਕਿੰਨੇ ਲੱਭੇ ਇੱਕ ਬਿਆਨਤ ਸਿੰਘ ਦਾ ਪੋਤਾ ਲੱਭਾ ਜਿਹਨੂੰ ਡੀਐਸਪੀ ਲਾਤਾ ਇੱਕ ਪਾਂਡੇ ਦਾ ਮੁੰਡਾ ਲੱਭਾ ਉਹਨੂੰ ਤਹਿਸੀਲਦਾਰ ਲਾਤਾ ਇਹ ਹੈ ਪੰਜਾਬ ਦੀ ਸਰਕਾਰ ਹਾਂ ਇਹ ਵੱਡਾ ਵਾਅਦਾ ਸੀ ਬੇਰੋਜ਼ਗਾਰੀ ਇਸ ਤੋਂ ਇਲਾਵਾ ਉਹਨਾਂ ਦਾ ਅਗਲਾ ਵਾਅਦਾ ਕੀ ਸੀਗਾ ਉਹਨਾਂ ਨੇ ਇਹ ਗੱਲ ਕਹੀ ਕਿ ਅਗਰ ਸਾਡੀ ਸਰਕਾਰ ਬਣੀ ਉਹਨਾਂ ਨੇ ਵੱਡੇ ਵਾਅਦਿਆਂ ਦੇ ਵਿੱਚ ਜਿਹੜੀ ਅੱਜ ਲੋਕਾਂ ਦੀ ਜਵਾਨ ਤੇ ਨਹੀਂ ਮੈਂ ਤੁਹਾਨੂੰ ਉਹ ਦੱਸਣ ਲੱਗਾ ਬਈ ਪਰਲ ਪੀੜਤ ਜਿਹੜੇ ਆ ਪਰਲ ਪੀੜਤ ਪਰਲ ਵਾਲੇ ਪੰਜਾਬ ਦੇ ਅੰਦਰ 10000 ਕਰੋੜ ਰੁਪਇਆ ਪਰਲ ਕੰਪਨੀ ਦਾ ਜਿਹੜਾ ਪਰਲ ਕੰਪਨੀ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਲੱਗਾ ਹੋਇਆ ਔਰ ਕੈਪਟਨ ਅਮਰਿੰਦਰ ਨੇ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਵਾਅਦਾ ਕੀਤਾ ਜੇ ਮੇਰੀ ਸਰਕਾਰ ਆ ਗਈ ਤਾਂ ਮੈਂ ਉਹਨਾਂ ਦੀਆਂ ਜ਼ਮੀਨਾਂ ਖੁਰਕ ਕੇ ਤੁਹਾਡੇ ਪੈਸੇ ਦਵਾਉਂਗਾ ਕੇਂਦਰ ਦੀ ਸਰਕਾਰ ਨੇ ਵੀ ਇਹੀ ਗੱਲ ਕਹੀ ਸੀ ਲੇਕਿਨ ਅੱਜ ਪੌਣੇ 5 ਸਾਲ ਹੋ ਗਏ ਕਿਸੇ ਪਰਲ ਵਾਲੇ 10000 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਦਾ ਲੱਗਾ ਹੋਇਆ ਆ ਔਰ ਉਹਨਾਂ ਦੀ ਪ੍ਰਾਪਰਟੀ ਪੰਜਾਬ 'ਚ ਕਰੀਬ 20000 ਕਰੋੜ ਰੁਪਇਆ ਆ ਕਿੱਥੇ ਗਿਆ ਉਹ ਵਾਅਦਾ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਨੇ ਵਾਦਾ ਕੀਤਾ ਕਿ ਅਸੀਂ ਜਿਹੜੀ ਆ ਆਟਾ ਦਾਲ ਹੈਗੀ ਆ ਇਹਦੇ ਨਾਲ ਖੰਡ ਵੀ ਦਿਆਂਗੇ ਘੇ ਵੀ ਦਿਆਂਗੇ ਤੇਲ ਵੀ ਦਿਆਂਗੇ ਕਹਿੰਦੇ ਸੀ ਨਾ ਔਰ ਤੁਸੀਂ ਦੇਖੋ ਵੇ ਆਟਾ ਦਾਲ ਸਕੀਮ ਦੇ ਨਾਲ ਖੰਡ ਤੇ ਘੇ ਦੀ ਤਾਂ ਛੱਡੋ ਕਰੋਨਾ ਦਾ ਦੌਰ ਜਿਹੜਾ ਹੈਗਾ ਉਹ ਸਭ ਤੋਂ ਮਾੜਾ ਦੌਰ ਦੁਨੀਆ ਭਰ ਦੇ ਵਿੱਚ ਇਦਾਂ ਦਾ ਦੌਰ ਕਦੀ ਕਿਸੇ ਨੇ ਨਹੀਂ ਸੀ ਦੇਖਿਆ ਲੇਕਿਨ ਇਹਨਾਂ ਲੋਕਾਂ ਨੇ ਆ ਸਾਡੇ ਕੋਲ ਇੱਥੇ ਰਾਸ਼ਨ ਵੰਡ ਘਟੋਲਾ ਵੀ ਆਪਾਂ ਦੇਖ ਲਿਆ ਹਾਂਜੀ ਔਰ ਫਗਵਾੜੇ ਦੇ ਵਿੱਚ ਇੱਥੇ ਇੱਕ ਧਾਰਮਿਕ ਸਥਾਨ ਦੇ ਉੱਤੇ ਹਜ਼ਾਰਾਂ ਬੋਰੀਆਂ ਜਿਹੜੀਆਂ ਹੈਗੀਆਂ ਉਹ ਰਾਸ਼ਨ ਦੀਆਂ ਖਾਲੀ ਬੂਰੇ ਜਿਹੜੇ ਹੈਗੇ ਆ ਉਹ ਇੱਥੋਂ ਅਸੀਂ ਬਰਾਮਦ ਕਰਾਏ ਕਾਦੇ ਵਾਸਤੇ ਇਹਨਾਂ ਲੋਕਾਂ ਨੇ ਕਿਉਂ ਹੋ ਰੱਖੇ ਹੋਏ ਸੀ ਇਹਨਾਂ ਨੇ ਤਾਂ ਜਿਹੜਾ ਕਰੋਨਾ ਦਾ ਦੌਰ ਸੀ ਜਦੋਂ ਲੋਕ ਜਿਹੜੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਸੀ ਉਦੋਂ ਨਹੀਂ ਇਹਨਾਂ ਨੇ ਬਖਸ਼ੇ ਉਦੋਂ ਇਹਨਾਂ ਨੇ ਦੇਖਿਆ ਵੀ ਜ਼ਰੂਰਤਮੰਦ ਨਹੀਂ ਮੇਰਾ ਸਮਰਥਕ ਕਿਹੜਾ ਆ ਇਹਨਾਂ ਨੇ ਇਹ ਦੇਖਿਆ ਕਿੱਥੇ ਗਿਆ ਉਹ ਵਾਦਾ ਇਹਨਾਂ ਨੇ ਵਾਦਾ ਕੀਤਾ ਸਮਾਰਟਫੋਨ ਦੇਣ ਦਾ ਆ ਵੱਡੇ ਵੱਡੇ ਹੋਲਡਿੰਗ ਲਗਾਤੇ ਵੀ ਪੰਜਾਬ ਦੇ ਵਿੱਚ ਅਸੀਂ ਜਿਹੜੇ ਸਮਾਰਟਫੋਨ ਆ ਮੇਰੇ ਖਾਲ ਇਹਨਾਂ ਨੇ ਕੀਤੇ ਹੈਗੇ ਆ ਵੀ 3 ਲੱਖ ਪਤਾ ਨਹੀਂ ਕਿੰਨੇ ਹਜ਼ਾਰ ਸਮਾਰਟਫੋਨ ਵੰਡ ਦਿੱਤੇ। ਕਰੀਬ 4 ਲੱਖ ਦੇ ਕਰੀਬ ਜਿਹੜੇ ਹੈਗੇ ਆ ਇਹਨਾਂ ਨੇ ਵੱਡੇ ਵੱਡੇ ਬੋਰਡ ਲਗਾਏ ਕੈਪਟਨ ਦੀ ਫੋਟੋ ਲਗਾ ਕੇ। ਲੇਕਿਨ ਸਮਾਰਟਫੋਨ ਕਿੱਥੋਂ ਆਏ? ਪਏ ਆਪਾਂ ਪਿੰਡ ਮੁਹੱਲਿਆਂ ਦੇ ਵਿੱਚ ਰਹਿੰਦੇ ਆ। ਦੱਸੋ ਤੱਕ ਇਹਨੂੰ ਕਿੰਨੇ ਸਮਾਰਟਫੋਨ ਦਿੱਤੇ ਹੈਗੇ ਆ ਝੂਠੇ ਵਾਦੇ। ਇਸ ਤੋਂ ਬਾਅਦ ਵਿੱਚ ਇਹਨਾਂ ਨੇ ਕਿਹਾ ਵੀ 12976 ਸਕੂਲ ਜਿਹੜੇ ਆ ਅਸੀਂ ਸਮਾਰਟ ਬਣਾਤੇ। 12976 ਸਕੂਲ ਜਿਹੜੇ 스마트 ਬਣਾਏ ਆ ਮੈਂ ਪੋਲ ਖੋਲ ਮੋਹਮ ਸ਼ੁਰੂ ਕੀਤੀ ਫਗਵਾੜੇ ਦੇ ਵਿੱਚ ਮੈਂ ਕਿਹਾ ਦੇਖਤਾ ਲਈਏ 스마트 ਸਕੂਲ ਕਿੰਦੇ ਕਿਨੂ ਆ ਮੈਨੂੰ ਉੱਥੇ ਇਹ ਰਿਜ਼ਲਟ ਸਾਹਮਣੇ ਆਇਆ ਵੀ ਇੱਕ ਰੰਗ ਦੀ ਵਾਲਟੀ ਤੇ 스마트 ਸਕੂਲ ਤਿਆਰ ਕਿਉਂਕਿ ਦਵਾਰਾਂ ਦੇ ਉੱਤੇ ਕਾਰਟੂਨ ਬਣਾ ਕੇ 스마트 ਸਕੂਲ ਬਣਾਏ ਜਾ ਰਹੇ ਆ ਵੀ ਕਿਤੇ ਉਹ ਬਣਾਇਆ ਛੋਟਾ ਭੀਮ ਕਿਤੇ ਉਹ ਛੋਟੂ ਮੋਟੂ ਬਣਾਇਆ ਬਸ ਉਹ ਦਵਾਰਾਂ ਤੇ ਕਾਰਟੂਨ ਬਣਾਇਆ ਹੋਆ ਤੇ ਵਿੱਚ ਸਰਕਾਰੀ ਪ੍ਰਾਇਮਰੀ ਇੱਕ ਲਫ਼ਜ਼ ਵਿੱਚ ਲਿਖਤਾ 스마트 ਸਕੂਲ ਸਮਾਰਟ ਸਕੂਲ ਕਾਦੇ ਨਾਮ ਹੁੰਦਾ ਜੀ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੇ ਪ੍ਰੀ ਨਰਸਰੀ ਸ਼ੁਰੂ ਕੀਤੀ ਹੈ ਪ੍ਰੀ ਨਰਸਰੀ ਪ੍ਰੀ ਪ੍ਰਾਇਮਰੀ ਉਸ ਪ੍ਰੀ ਪ੍ਰਾਇਮਰੀ ਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਜਿਹੜੇ 3 ਸਾਲ ਤੋਂ 5 ਸਾਲ ਤੱਕ ਵਾਲੇ ਬੱਚੇ ਆ ਉਹਨਾਂ ਨੂੰ ਸਦਿਆ ਵੀ ਉਹਨਾਂ ਕੋਲ ਲकेजी ਔਰ ਜੁਕੇਜੀ ਕਲਾਸਾਂ ਲਾਉਣੀਆਂ 95% ਪ੍ਰੀ ਪ੍ਰਾਇਮਰੀ ਸਕੂਲ ਬਿਨਾ ਟੀਚਰ ਤੋਂ ਚੱਲ ਰਿਹਾ 95% ਮੇਰੇ ਕੋਲ ਅੰਕੜਾ ਪਿਆ ਮੈਂ ਕੱਲੇ ਕੱਲੇ ਸਕੂਲ ਦੇ ਵਿੱਚ ਫਿਜ਼ੀਕਲੀ ਜਾ ਕੇ ਸਰਵੇ ਕੀਤਾ 95% ਸਕੂਲ ਬਿਨਾ ਟੀਚਰ ਤੋਂ ਜਿਹੜੇ ਪ੍ਰੀ ਪ੍ਰਾਇਮਰੀ ਆ ਜਿਹੜੇ ਸਰਕਾਰੀ ਸਕੂਲ ਪ੍ਰਾਇਮਰੀ ਹੈਗੇ ਆ ਪ੍ਰਾਇਮਰੀ ਦੇ ਵਿੱਚ ਟੀਚਰ ਜਿਹੜੇ ਹੈਗੇ ਆ ਉਹ ਨਾਂ ਦੇ ਬਰਾਬਰ ਆ ਕਈ ਸਕੂਲ ਤਾਂ ਇੱਕ ਇੱਕ ਟੀਚਰ ਨਾਲ ਚੱਲਦੇ ਆ ਜਿਹੜੇ ਇੱਕ ਇੱਕ ਟੀਚਰ ਨਾਲ ਚੱਲਦੇ ਉਹ ਵੀ ਸਮਝ ਲਓ ਬਿਨਾ ਟੀਚਰ ਤੋਂ ਹੀ ਆ ਕਿਉਂਕਿ ਅਧਿਆਪਕ ਕੋਲੋਂ ਕੀ ਕਰਾਉਂਦੇ ਆ ਜਿਹੜਾ ਮੁੱਖ ਅਧਿਆਪਕ ਹੈ ਉਹਦੀ ਡਿਊਟੀ ਪਤਾ ਕੀ ਹੈ ਜੀ ਇੱਕ ਤਾਂ ਪਹਿਲੀ ਡਿਊਟੀ ਉਹਦੀ ਇਹ ਆ ਵੀ ਸਵੇਰ ਨੂੰ ਆਉਣ ਲੱਗੇ ਤੂੰ ਨਿਆਣੇ ਵਾਲੀ ਸਬਜ਼ੀ ਲੈ ਕੇ ਆਉਣੀ ਆ ਤੇਲ ਦੇਖ ਕੇ ਜਾਣਾ ਖੰਡ ਦੇਖ ਕੇ ਜਾਣੀ ਆ ਲੂਣ ਮਸਾਲਾ ਦੇਖ ਕੇ ਜਾਣਾ ਉਹ ਵਿਚਾਰੇ ਆਪਣੀ ਡਿੱਗੀ ਦੇ ਵਿੱਚ ਸਕੂਟਰੀ ਦੀ ਚਾਹੇ ਕਾਰ ਦੇ ਵਿੱਚ ਪਹਿਲਾਂ ਤਾਂ ਸਬਜ਼ੀ ਲੈ ਕੇ ਆਉਂਦੇ ਆ ਫਿਰ ਉਹਨਾਂ ਨੇ ਮਿੱਡੇ ਮੀਨ ਲਈ ਬਾਲਣ ਲੈ ਕੇ ਆਉਣਾ ਫਿਰ ਮਿੱਡੇ ਮੀਨ ਲਈ ਖਾਣਾ ਤਿਆਰ ਕਰਵਾਉਣਾ ਫਿਰ ਉਹਦੇ ਖਾਲੀ ਬੋਰੇ ਪੀਪੇ ਡੱਬੇ ਜਿਹੜੇ ਆ ਖਾਲੀ ਬਾਰਦਾਨਾ ਉਹਦਾ حساب ਉਹਨੇ ਰੱਖਣਾ ਉਹ ਵੀ ਸੰਭਾਲ ਕੇ ਰੱਖਣੇ ਆ। ਉਦੋਂ ਬਾਅਦ ਵਿੱਚ ਜੇ ਸਕੂਲ 'ਚ ਕੋਈ ਗ੍ਰਾਂਟ ਆ ਗਈ, ਕਮਰੇ ਦੀ ਗ੍ਰਾਂਟ ਆ ਗਈ ਉਹ ਲਈ ਰੇਤਾ, ਬਜਰੀ, ਸੀਮੈਂਟ, ਸਰੀਆ ਉਹ ਵੀ ਉਹਨੇ ਖਰੀਦਣਾ। ਬਿਜਲੀ ਦਾ ਸਮਾਨ ਵੀ ਉਹਨੇ ਖਰੀਦਣਾ। ਉਹਦਾ ਹਿਸਾਬ ਵੀ ਉਹਨੇ ਰੱਖਣਾ। ਉਦੋਂ ਬਾਅਦ 'ਚ ਡਾਕ ਵੀ ਉਹਨੇ ਤਿਆਰ ਕਰਨੀ। ਉਦੋਂ ਬਾਅਦ ਕੋਈ ਮੀਟਿੰਗ ਆ ਗਈ ਉਹ ਵੀ ਉਹਨੇ ਕਰਨੀ ਤੇ ਪੜਾਉਣਾ ਕਿਹੜੇ ਵੇਲੇ ਵੀ। ਕਿਸ ਕਾਫੀ ਕਮੀਆਂ ਜਿਹੜੀਆਂ ਤੁਸੀਂ ਗਿਣਾਈਆਂ। ਇਹ ਪ੍ਰੈਕਟੀਕਲ ਹੈ ਜੀ। ਇਹ ਪ੍ਰੈਕਟੀਕਲ ਆ। ਮੇਰੇ ਕੋਲ ਅੰਕੜਾ ਪਿਆ ਆ। ਮੈਂ ਅੱਜ ਤੱਕ 7 ਮੰਗ ਪੱਤਰ ਦੇ ਚੁਕਾ 144 ਸਕੂਲਾਂ ਦਾ ਸਰਵੇ ਮੈਂ ਕਰ ਚੁਕਾ 20 25 ਰਹਿੰਦੇ ਆ ਸਪਰਸ ਨੂੰ ਕੰਪਲੀਟ ਕਰ ਦੇਣੇ ਆ ਅਸੀਂ ਸੋਮਵਾਰ ਨੂੰ ਕੰਪਲੀਟ ਕਰ ਦੇਣੇ ਆ ਲੇਕਿਨ ਮੈਂ ਸਮਾਰਟ ਸਕੂਲਾਂ ਦੀ ਸੱਚਾਈ ਦੱਸਣਾ ਚਾਹੁੰਦਾ ਜਿਹੜੇ ਸਕੂਲ ਮਿਡਲ ਹੈਗੇ ਆ ਸਬਜੈਕਟ ਦੇ ਆਧਾਰ ਦੇ ਉੱਤੇ ਉੱਥੇ ਟੀਚਰ ਪੁਆਇੰਟ ਹੁੰਦੇ ਆ ਵਿਸ਼ੇ ਦੇ ਆਧਾਰ ਤੇ ਇੱਥੇ ਕ੍ਰਿਸ਼ਨ ਕੁਮਾਰ ਜਿਹੜਾ ਸਾਡਾ ਬੜਾ ਸਮਝਦਾਰ ਐਜੂਕੇਸ਼ਨ ਸੈਕਟਰੀ ਆ ਉਹਨੂੰ ਪਤਾ ਨਹੀਂ ਕੀ ਉਹਦੇ ਦਿਮਾਗ ਦੇ ਵਿੱਚ ਆ ਤੇ ਸਾਡਾ ਐਜੂਕੇਸ਼ਨ ਮਿਨਿਸਟਰ ਪਤਾ ਨਹੀਂ ਉਹਦੇ ਇਸ਼ਾਰਿਆਂ ਦੇ ਕਿਦਾਂ ਨੱਚੰਡਿਆ ਆ ਹੈਰਾਨਗੀ ਦੀ ਗੱਲ ਇਹ ਆ ਕਿ ਐਜੂਕੇਸ਼ਨ ਮਿਨਿਸਟਰ ਜਿਹੜਾ ਆ ਉਹ ਇਸ ਗੱਲ ਦੀ ਬਿਲਕੁਲ ਨਿਗਾਸਨ ਨਹੀਂ ਕਰ ਰਿਹਾ ਵੀ ਐਜੂਕੇਸ਼ਨ ਸੈਕਟਰੀ ਕੀ ਕਰ ਰਿਹਾ ਉਹਨੇ ਕਾਨੂੰਨ ਕੀ ਬਣਾਤਾ ਕਾਨੂੰਨ ਇਹ ਬਣਾਤਾ ਵੀ ਭਾਈ ਇੱਕ ਵਿਸ਼ੇ ਨੂੰ ਇੱਕ ਟੀਚਰ ਦੋ ਵਿਸ਼ੇ ਪੜਾਊਗਾ ਆਪਾਂ ਮੰਨ ਗਏ ਇਹ ਕਹਿੰਦੇ ਵੀ ਸਾਇੰਸ ਵਾਲਾ ਮੈਥ ਪੜਾਊਗਾ ਆਪਾਂ ਮੰਨ ਗਏ ਗੱਲ 8ਵੀਂ ਤੱਕ ਮਿਡਲ ਸਕੂਲ ਤੱਕ 6ਵੀਂ 7ਵੀਂ ਔਰ 8ਵੀਂ ਨੂੰ ਸਾਇੰਸ ਵਾਲਾ ਮੈਥ ਪੜਾਊਗਾ ਐਸਐਸਟੀ ਵਾਲਾ ਇੰਗਲਿਸ਼ ਪੜਾਊਗਾ ਆਪਾਂ ਮੰਨ ਗਏ ਵੀ ਪੜਾ ਸਕਦੇ ਆ ਲੇਕਿਨ ਜਿਹੜਾ ਮਾਸਟਰ ਕਿਸੇ ਇੰਗਲਿਸ਼ ਇੱਕ ਲੈਂਗੁਏਜ ਆ ਲੈਂਗੁਏਜ ਦਾ ਦਾਹਰਾ ਬੜਾ ਵਾਸਟ ਹੁੰਦਾ ਕਿੱਦਾਂ ਲੈਂਗੁਏਜ ਪੜਾ ਸਕਦੇ ਆ ਆਪਾਂ ਪੰਜਾਬੀਆਂ ਜੰਮ ਪੜਿਆ ਇਹ ਪੰਜਾਬੀ ਵਾਲਿਆਂ ਨੂੰ ਕਹਿੰਦੇ ਹਿੰਦੀ ਪੜਾ ਆਪਾਂ ਤਾਂ ਪੰਜਾਬੀ ਜਿਹੜਾ ਪੰਜਾਬੀ ਚ ਮਾਸਟਰ ਆ ਨਾ ਉਹਨੂੰ ਵੀ ਕਈ ਲਫ਼ਜ਼ ਉਹ ਨਹੀਂ ਪਤਾ ਲੱਗਦੇ ਆਪਾਂ ਰੋਜ਼ ਬੋਲਦੇ ਆ ਆਪਣੀ ਮਾਤਰ ਭਾਸ਼ਾ ਆ ਪੰਜਾਬੀ ਲੇਕਿਨ ਕਈ ਲਫ਼ਜ਼ ਆਪਾਂ ਨੂੰ ਵੀ ਨਹੀਂ ਪਤਾ ਜਿਹੜੇ ਕਵੀ ਇਸਤੇਮਾਲ ਕਰ ਜਾਂਦੇ ਆ ਜਿਹੜੇ ਗੀਤਕਾਰ ਇਸਤੇਮਾਲ ਕਰ ਜਾਂਦੇ ਆ ਆਪਾਂ ਅੱਛਾ ਇਹ ਵੀ ਪੰਜਾਬੀ ਦਾ ਲਫ਼ਜ਼ ਹੈ ਉਹ ਆਪਾਂ ਨੂੰ ਨਹੀਂ ਪਤਾ ਇਹ ਇਹ ਹੈਗੀ ਆ ਲੈਂਗੁਏਜ ਲੈਂਗੁਏਜ ਦਾ ਐਕਸਪਰਟ ਚਾਹੀਦਾ ਲੇਕਿਨ ਇਹ ਕੀ ਕਹਿੰਦੇ ਆ ਪੰਜਾਬੀ ਵਾਲਾ ਹਿੰਦੀ ਪੜਾਊਗਾ ਮੈਂ ਪੰਜਾਬੀ ਪੜਿਆ ਹੋ ਸਕਦਾ ਮੈਨੂੰ ਹਿੰਦੀ ਚ ਹੱਥ ਤੱਕ ਮੈਂ ਕਿਦਾ ਹਿੰਦੀ ਪੜਾਊਗਾ ਉਦੋਂ ਬਾਅਦ ਫਿਰ ਉਹਨਾਂ ਨੂੰ ਕੀ ਕਿਹਾ ਬਈ ਡਰਾਇੰਗ ਵੀ ਕਿਉਂਕਿ ਡਰਾਇੰਗ ਦਾ ਟੀਚਰ ਹੈ ਨਹੀਂ ਕਹਿੰਦੇ ਡਰਾਇੰਗ ਵੀ ਤੂੰ ਮੈਂ ਕਹਿੰਦਾ ਇੰਗਲਿਸ਼ ਦਾ ਬੰਦਾ ਜਿੰਨਾ ਮਰਜੀ ਐਕਸਪਰਟ ਹੋਵੇ ਉਹਨੂੰ ਕਲਮ ਚਲਾਉਣੀ ਨਹੀਂ ਆਉਣੀ ਉਹਨੂੰ ਪੇਂਟਿੰਗ ਨਹੀਂ ਕਰਨੀ ਹੋਣੀ ਪੀਟੀ ਟੀਚਰ ਇਹਨਾਂ ਨੇ ਬਿਨਾਂ ਗੱਲ ਤੋਂ ਪੋਸਟਾਂ ਹੀ ਖਤਮ ਕਰ ਦਿੱਤੀਆਂ ਚੌਕੀਦਾਰ ਕਿਸੇ ਸਕੂਲ ਦੇ ਵਿੱਚ ਹੈ ਨਹੀਂ ਨਿਆਣੇ ਜਿਹੜੇ ਹੈਗੇ ਆ ਉਹ ਗੇਟ ਖੁੱਲਾ ਹੋਊਗਾ ਜਿਹੜਾ ਮਰਜ਼ੀ ਬਾਹਰ ਨਿਕਲ ਜਵੇ ਠੀਕ ਹੈ ਸਵੀਪਰ ਕਿਸੇ ਸਕੂਲ ਦੇ ਵਿੱਚ ਹੈ ਨਹੀਂ ਇਹ ਕਹਿੰਦੇ ਆ ਬਈ ਅਸੀਂ ਬਹੁਤ ਸਮਾਰਟ ਸਕੂਲ ਬਣਾਤੇ ਯਾਰ ਜਾ ਕੇ ਦੇਖੋ ਵਾਸ਼ਰੂਮਾਂ ਦੇ ਵਿੱਚ ਗੰਦਕ ਸਾਫ਼ ਪੀਐਨ ਕਿਸੇ ਸਕੂਲ ਦੇ ਵਿੱਚ ਹੈ ਨਹੀਂ ਕਲਰਕ ਕਿਸੇ ਸਕੂਲ ਦੇ ਵਿੱਚ ਹੈ ਨਹੀਂ ਤੇ ਆਪਾਂ ਕਿਹੜੇ ਸਮਾਰਟ ਸਕੂਲ ਦੀ ਗੱਲ ਕਰ ਰਹੇ ਹਾਂ ਇੰਨਾ ਹੁੰਦਾ ਸਮਾਰਟ ਸਕੂਲ ਸਮਾਰਟ ਸਕੂਲ ਦਾ ਮਤਲਬ ਇਹ ਆ ਵੀ ਉੱਥੇ ਹਰ ਫੈਸਿਲਿਟੀ ਜਿਹੜੀ ਇੱਕ ਸਕੂਲ ਦੇ ਵਿੱਚ ਚਾਹੀਦੀ ਆ ਇਹਦਾ ਮਤਲਬ ਕਿ ਸਰਕਾਰ ਜਿਹੜੀ ਹੈਗੀ ਆ ਉਹ ਹਰ ਫਰੰਟ ਚਾਹੀ ਜੋ ਮਰਜ਼ੀ ਹੈ ਕਹਿ ਲੈਣਾ ਜਿੰਨੇ ਵਾਅਦੇ ਹੈਗੇ ਆ ਉਹ ਸਿਰਫ ਤੇ ਸਿਰਫ ਲੋਕਾਂ ਨੂੰ ਅੰਕੜਿਆਂ ਦੀ ਖੇਡ ਦਿਖਾਈ ਜਾ ਰਹੀ ਆ ਪ੍ਰੈਕਟੀਕਲ ਕੁਝ ਹੋਰ ਹੈ। ਈਸਨ ਜਰਨੈਲ ਸਿੰਘ ਨੰਗਲ ਜਿਨ੍ਹਾਂ ਨੇ ਸਾਨੂੰ ਆਪਣੀ ਪਾਰਟੀ ਦੇ ਕੋ ਇੱਕ ਬਾਰੇ ਗੱਲਬਾਤ ਕੀਤੀ ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੁਸੀਂ ਜੁੜੇ ਰਹੋ ਨਿਊਜ਼ 9 ਪੰਜਾਬ ਦੇ ਨਾਲ ਮਿਲਦੇ ਹਾਂ ਅਗਲੀ ਵਾਰ ਇੱਕ ਨਵੀਂ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਧੰਨਵਾਦ